ਦੋਸਤੋ ਹਸ਼੍ਰੀਕਾਲ ਸਾਰਿਆਂ ਨੂੰ ਅੱਜ ਦੀਆਂ ਤਾਜ਼ਾ ਅਤੇ ਵੱਡੀਆਂ ਖਬਰਾਂ ਤੁਹਾਡੇ ਲਈ ਲੈ ਕੇ ਆਏ ਹਾਂ ਚਲੋ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਪਹਿਲਾਂ ਸਾਡੀਆਂ ਫਸਲਾਂ ਤਬਾਹ ਕੀਤੀਆਂ ਤੇ ਹੁਣ ਨਸਲਾਂ ਤਬਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਇਹ ਬਿਆਨ ਆਇਆ ਗੈਨੀ ਹਰਪ੍ਰੀਤ ਸਿੰਘ ਦਾ ਬੈਠਕ 'ਚ ਉਹਨਾਂ ਨੇ ਸਿਪਾਹੀਆਂ ਦਾ ਕਸੂਰ ਨਾ ਕੱਢ ਕੇ ਸਿੱਖਾਂ ਨੂੰ ਹੀ ਦੋਸ਼ੀ ਠਹਿਰਾਉਣਾ ਭਾਈ ਬਰਜਿੰਦਰ ਸਿੰਘ ਪ੍ਰਵਾਨਾਂ ਨੂੰ ਇਸ ਦਾ ਮਾਸਟਰਮਾਈਂਡ ਦੱਸਣਾ ਤੇ ਸਿੱਖ ਪਰਿਵਾਰਾਂ ਦੇ ਝੂਠੇ ਪਰਚੇ ਦਰਜ ਕਰਨ ਨੂੰ ਲੈ ਕੇ ਚਿੰਤਨਕੀਤਾ ਜਥੇਦਾਰ ਨੇ ਕਿਹਾ ਕਿ ਇੱਕ ਸਾਜ਼ਿਸ਼ ਤਹਿਤ ਸਿੱਖਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਡੀਆਂ ਫਸਲਾਂ ਖਤਮ ਕੀਤੀਆਂ ਗਈਆਂ ਤੇ ਹੁਣ ਨਸਲਾਂ ਨੂੰ ਤਬਾਹ ਕਰਨ ਦਾ ਜ਼ੋਰ ਲਾਇਆ ਜਾ ਰਿਹਾ ਹੈ ਉਹਨਾਂ ਪ੍ਰਗਟਾਵਾ ਕੀਤਾ ਕਿ ਅੱਜ ਪੰਜਾਬ ਅੰਦਰ ਟੈਸਟ ਟਿਊਬ ਬੇਬੀ ਦਾ ਪ੍ਰਚਲਨ ਜਿਹੜਾ ਖਤਰਨਾਕ ਪਦਰਤ ਤੇ ਹੋ ਰਿਹਾ ਹੈ ਜਿਸ ਦੇ ਤਹਿਤ ਬਾਹਰਲੇ ਮਰਦਾਂ ਦਾ ਸੀਮਨ ਪੰਜਾਬ ਦੀਆਂ ਔਰਤਾਂ ਦੀਆਂ ਕੁੱਖਾਂ ਵਿੱਚ ਰੱਖਿਆ ਜਾਂਦਾ ਹੈ ਇਸ ਨਾਲ ਸਾਡੀ ਨਸਲਾਂ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈਗੀ ਅਗਲੀ ਖਬਰ ਕਰੋਨਾ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਨੂੰ ਲੈ ਕੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਤੇ ਸਾਧਿਆ ਨਿਸ਼ਾਨਾ ਰਾਹੁਲ ਗਾਂਧੀ ਨੇ ਕਿਹਾ ਕਿ ਕਰੋਨਾ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ ਨੂੰ ਲੈ ਕੇ ਸਰਕਾਰ ਦੇ ਅੰਕੜਿਆਂ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਵਿਗਿਆਨ ਝੂਠ ਨਹੀਂ ਬੋਲਦਾ ਇਸ ਲਈ ਸਰਕਾਰ ਨੂੰ ਸਹੀ ਅੰਕੜੇ ਦੇਣੇ ਚਾਹੀਦੇ ਹਨ ਰਾਹੁਲ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ ਕਿ ਭਾਰਤ 'ਚ ਕਰੋਨਾ ਨਾਲ 47 ਲੱਖ ਲੋਕਾਂ ਦੀ ਮੌਤ ਹੋਈ ਹੈ ਨਾ ਕਿ 4.8 ਲੱਖ ਲੋਕਾਂ ਦੀ ਮੌਤ ਹੋਈ ਹੈ ਜਿਵੇਂ ਭਾਰਤ ਸਰਕਾਰ ਦਾਵਾ ਕਰਦੀ ਹੈ ਸਾਇੰਸਦਾਨ ਝੂਠ ਨਹੀਂ ਬੋਲਦਾ મોદી ਝੂਠ ਬੋਲ ਰਹੇ ਨੇ ਤਾਂ ਇਹਦੇ ਬਾਰੇ ਵੱਡਾ ਬਿਆਨ ਆਇਆ ਰਾਹੁਲ ਗਾਂਧੀ ਦਾ ਕਰੋਨਾ ਕਾਲ ਵਿੱਚ ਜੋ ਮਾਰੇ ਗਏ ਲੋਕਾਂ ਬਾਰੇ ਰਾਹੁਲ ਗਾਂਧੀ ਨੇ ਜਿਹੜਾ ਪ੍ਰਧਾਨ ਮੰਤਰੀ ਤੇ ਜਿਹੜਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਜਿਹੜਾ ਸਾਇੰਸਦਾਨ ਝੂਠ ਨਹੀਂ ਬੋਲਦਾ ਤਾਂ ਤੁਸੀਂ ਸਹੀ ਅੰਕੜੇ ਜਿਹੜੇ ਦੇਸ਼ ਦੇ ਅੱਗੇ ਪੇਸ਼ ਕਰੋ ਉਹਨਾਂ ਕਿਹਾ ਕਰੋਨਾ ਨਾਲ ਜਾਨ ਗਵਾਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਦਾ ਸਨਮਾਨ ਕਰੋ ਤੇ 4 ਲੱਖ ਰੁਪਏ ਦੇ ਆਰਥਿਕ ਮਦਦਤ ਦੇ ਨਾਲ ਉਹਨਾਂ ਦੇ ਜਿਹੜਾ ਉਹਨਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਅਗਲੀ ਖਬਰ ਪੰਜਾਬ ਵਿੱਚ 18 ਜੂਨ ਤੋਂ ਸ਼ੁਰੂ ਹੋਵੇਗੀ ਚੋਣਾਂ ਦੀ ਲਵਾਈ ਆਪ ਸਰਕਾਰ ਵੱਲੋਂ ਚੋਣਾਂ ਦੀ ਲਵਾਈ 18 ਜੂਨ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ 18 ਜੂਨ ਦੇ ਵਿੱਚ ਕਿਹੜੇ ਜ਼ਿਲ੍ਹੇ ਆ ਜਾਂਦੇ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਇਹਦੇ ਵਿੱਚ ਜ਼ਿਲ੍ਹਾ ਸੰਗਰੂਰ ਬਰਨਾਲਾ ਮਲੇਰਕੋਟਲਾ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਚੋਣਾਂ ਦੀ ਲਵਾਈ 18 ਜੂਨ ਤੋਂ ਸ਼ੁਰੂ ਹੋਵੇਗੀ ਜਿਹੜੀ ਸਿੱਧੀ ਵਿਜਾਈ ਹੋਣੀ ਆ ਉਹ ਤੁਸੀਂ 20 ਮਈ ਤੋਂ ਜਿਹੜੇ ਕਿਸਾਨ ਨੇ ਉਹ ਕਰ ਸਕਦੇ ਨੇ ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਆ 22 ਜੂਨ ਦੀ ਤਾਂ 22 ਜੂਨ ਦੇ ਵਿੱਚ ਜਿਹੜੇ ਜ਼ਿਲ੍ਹੇ ਆ ਜਾਂਦੇ ਨੇ ਪਠਿੰਡਾ ਮਾਨਸਾ ਮੋਗਾ ਫਰੀਦਕੋਟ ਫਿਰੋਜ਼ਪੁਰ ਤੇ ਫਾਜ਼ਿਲਕਾ ਤੇ ਇਸ ਤੋਂ ਬਾਅਦ ਆਪਾਂ 24 ਜੂਨ ਦੀ ਗੱਲ ਕਰਦੇ ਆ ਉਹਦੇ ਵਿੱਚ ਆ ਜਾਂਦੇ ਨੇ ਐਸਐਸ ਨਗਰ ਮਹਾਲੀ ਰੂਪਨਗਰ ਨਵਾਂ ਸ਼ਹਿਰ ਜਲੰਧਰ ਤੇ ਕਪੂਰਥਲਾ ਸ਼੍ਰੀ ਮੁਖਸਰ ਸਾਹਿਬ ਇਸ ਤੋਂ ਬਾਅਦ ਅਖੀਰ ਤੇ ਆ ਜਾਂਦੇ ਨੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਅਤੇ ਹੁਸ਼ਿਆਰਪੁਰ 26 ਜੂਨ ਤੋਂ ਝੋਨੇ ਦੀ ਲਵਾਈ ਜਿਹੜੀ ਸ਼ੁਰੂ ਕਰ ਸਕਦੇ ਨੇ ਤਾਂ ਇਸ ਤਰ੍ਹਾਂ ਜਿਹੜਾ ਇਹਨਾਂ ਨੂੰ ਪੜਾਵਾਂ ਦੇ ਵਿੱਚ ਵੰਡਿਆ ਹੋਇਆ ਅਗਲੀ ਖਬਰ ਮੁੱਖ ਮੰਤਰੀ ਵੱਲੋਂ ਮੂੰਗੀ ਦੀ ਫਸਲ ਘੱਟੋ ਘੱਟ ਸਮਰਥਨ ਮੁੱਲ ਖਰੀਦਣ ਤੇ ਜਿਹੜਾ ਇਸ ਦਾ ਐਲਾਨ ਕੀਤਾ ਹੈ ਸੂਬੇ ਵਿੱਚ ਫਸਲੀ ਭੂਪੇਂਤਾ ਨੂੰ ਲੈ ਕੇ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਹੀ ਫੈਸਲਾ ਲਿਆ ਕਿਸਾਨਾਂ ਨੂੰ ਮੂੰਗੀ ਵਾਲੇ ਖੇਤ ਵਿੱਚ ਝੋਨੇ ਦੀ ਕਿਸਮ 126 ਜਾਂ ਬਾਸਮਤੀ ਲਾਉਣੀ ਹੋਵੇਗੀ ਮਾਰਕੀਟ ਵਿੱਚ ਕੀਮਤਾਂ ਦੀ ਸਥਿਰਤਾ ਯਕੀਨੀ ਬਣਾਉਣ ਲਈ ਲਾਹੇਵੰਦ ਭਾਅ ਉੱਤੇ ਬਾਸਮਤੀ ਜਿਹੜਾ ਖਰੀਦਣ ਦਾ ਭਰੋਸਾ ਦਿੱਤਾ ਹੈ ਉਹਨਾਂ ਕਹੇ ਕਿ ਮੂੰਗੀ ਵिजਣ ਵਾਲੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮੂੰਗੀ ਦੀ ਫਸਲ ਦਾ ਇੱਕ ਇੱਕ ਦਾਣਾ ਸਮਰਥਨ ਮੁੱਲ ਉੱਤੇ ਖਰੀਦੇਗੀ ਉਹਨਾਂ ਕਿਹਾ ਕਿ ਇੱਕ ਸ਼ਰਤ ਹੋਵੇਗੀ ਜਿਹੜੇ ਕਿਸਾਨ ਮੂੰਗੀ ਲਾਉਣਗੇ ਤਾਂ ਉਹ ਮੂੰਗੀ ਵੱਢਣ ਤੋਂ ਬਾਅਦ ਉਸ ਖੇਤ ਵਿੱਚ ਝੋਨੇ ਦੀ ਕਿਸਮ 126 ਜਾਂ ਫਿਰ ਬਾਸਮਤੀ ਦੀ ਫਸਲ ਲਾਉਣੀ ਹੋਵੇਗੀ ਤਾਂ ਉਹਨਾਂ ਨੂੰ ਜਿਹੜਾ ਇਹ ਮੂੰਗੀ ਤੇ ਪੂਰਾ ਸਮਰਥਨ ਮੁੱਲ ਮਿਲੇਗਾ ਅਗਲੀ ਖਬਰ 21ਵੀਂ ਸਦੀ ਵਿੱਚ ਜਾਤ ਨਸਲ ਧਰਮ ਤੇ ਲਿੰਗ ਦੀਆਂ ਵੰਡੀਆਂ ਨਹੀਂ ਹੋਣੀਆਂ ਚਾਹੀਦੀਆਂ ਉਪਰਾਸ਼ਟਪਤੀ ਵੈਕੈਨਾਡੂ ਦਾ ਕਹਿਣਾ ਹੈ ਕਿ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ 69ਵੇਂ ਕਨਵੋਕੇਸ਼ਨ ਤੇ ਸ਼ਾਮਲ ਹੋਏ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ 21ਵੀਂ ਸਦੀ ਵਿੱਚ ਜਾਤ ਨਸਲ ਤੇ ਧਰਮ ਲਿੰਗ ਦੀਆਂ ਵੰਡੀਆਂ ਨਹੀਂ ਹੋਣੀਆਂ ਚਾਹੀਦੀਆਂ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਹਾ ਕਿ ਸਿੱਖਿਆ ਨੂੰ ਸਾਡੇ ਗ੍ਰਹਿ ਨੂੰ ਦੇਖਣ ਅਤੇ ਸਾਡੇ ਸਾਥੀ ਵਸਿੰਦਿਆਂ ਨਾਲ ਗੱਲਬਾਤ ਕਰਨ ਦੇ ਤਰੀਕੇ ਨੂੰ ਬਦਲਣਾ ਚਾਹੀਦਾ ਹੈ। ਉਪਰਸ਼ਟਪਤੀ ਨੇ ਕਿਹਾ ਕਿ ਸਾਡਾ ਜੀਵਨ ਗੁਰੂ ਨਾਨਕ ਦੇਵ ਜੀ ਦੇ ਪੰਜ ਗੁਣਾਂ ਜਾਨੀ ਕਿ ਸਤ, ਇਮਾਨਦਾਰੀ, ਸੱਤਾ, ਵਿਵਹਾਰ, ਸੰਤੋਖ, ਸੰਤੁਸ਼ਟੀ ਤੇ ਨਿਮਰਤਾ ਪਿਆਰ ਤਾਂ ਇਹਦੇ ਵਿੱਚ ਹੋਣਾ ਚਾਹੀਦਾ ਉਹਨਾਂ ਕਹੇ ਕਿ ਮੈਨੂੰ ਉਮੀਦ ਹੈ ਕਿ ਇਹ ਸਿਧਾਂਤ ਸਾਨੂੰ ਬਿਹਤਰ ਇਨਸਾਨ ਬਣਾਉਣ ਲਈ ਪ੍ਰੇਰਿਤ ਕਰਦੇ ਰਹਿਣਗੇ ਸਮਾਜ ਵਿੱਚ ਏਕਤਾ ਤੇ ਸਦਭਾਵਨਾ ਦੀ ਮਹੱਤਤਾ ਤੇ ਜ਼ੋਰ ਦਿੰਦੇ ਆ ਉਹਨਾਂ ਕਹੇ ਕਿ ਇਹ ਕਦਰਾਂ ਕੀਮਤਾਂ ਸਾਡੇ ਸਕੂਲਾਂ ਤੇ ਛੋਟੀ ਉਮਰ ਵਿੱਚ ਹੀ ਵਿਦਿਆਰਥੀਆਂ ਵਿੱਚ ਪੈਦਾ ਕਰਨੀਆਂ ਚਾਹੀਦੀਆਂ ਨੇ ਗੱਲ ਕਰਦੇ ਆ ਅਗਲੀ ਖਬਰ ਦੀ ਭਾਜਪਾ ਗੂ ਤੇਜਿੰਦਰਪਾਲ ਬੱਗਾ ਪੰਜਾਬ ਪੁਲਿਸ ਵੱਲੋਂ ਦਿੱਲੀ ਤੋਂ ਗ੍ਰਿਫਤਾਰ ਭਾਜਪਾ ਨੇਤਾ ਤੇਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਹੰਗਾਮਾ ਤੇਜ਼ ਹੋ ਗਿਆ ਸਾਹਮਣੇ ਆਈ ਤਾਜ਼ਾ ਜਾਣਕਾਰੀ ਅਨੁਸਾਰ ਬੱਗਾ ਨੂੰ ਪੰਜਾਬ ਪੁਲਿਸ ਦੀ ਟੀਮ ਦਿੱਲੀ ਤੋਂ ਪੰਜਾਬ ਲੈ ਕੇ ਆ ਰਹੀ ਸੀ ਪਰ ਹਰਿਆਣਾ ਪੁਲਿਸ ਨੇ ਕੁਰੂਖੇਤਰ ਹੀ ਉਹਨਾਂ ਦਾ ਕਾਫਲਾ ਰੋਕ ਲਿਆ ਪੰਜਾਬ ਪੁਲਿਸ ਤੇ ਦਿੱਲੀ ਚ ਬੱਗਾ ਨੂੰ ਗਵਾਹ ਕਰਨ ਦੀ ਐਫਆਈਆਰ ਦਰਜ ਵੀ ਕੀਤੀ ਗਈ ਹੈ ਤਾਂ ਹੁਣ ਪੰਜਾਬ ਲੈ ਕੇ ਆ ਰਹੀ ਪੁਲਿਸ ਨੂੰ ਹਰਿਆਣਾ ਪੁਲਿਸ ਨੇ ਰੋਕਿਆ ਤੇ ਦਿੱਲੀ ਪੁਲਿਸ ਹੁਣ ਜਿਹੜਾ ਛੜਾ ਕੇ ਉਸ ਨੂੰ ਵਾਪਸ ਲੈ ਗਈ ਹੈ ਤਾਂ ਇਸ ਤੇ ਜਿਹੜਾ ਹੁਣ ਅਨਮੋਲ ਰਤਨ ਨੇ ਜੋ ਪੰਜਾਬ ਦੇ ਵਕੀਲ ਨੇ ਹਾਈ ਕੋਰਟ ਦੇ ਬਾਹਰ ਖੜ ਕੇ ਵੱਡਾ ਦਾਵਾ ਕੀਤਾ ਕਿ ਦਿੱਲੀ ਪੁਲਿਸ ਨੇ ਧੱਕਾ ਕੀਤਾ ਬੱਗਾ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਨੇ ਸਾਰੇ ਨਿਯਮਾਂ ਦੀ ਜਿਹੜੀ ਪਾਲਣਾ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਦੇ ਜੋ ਵਕੀਲ ਨੇ ਅਨਮੋਲ ਰਤਨ ਸਿੱਧੂ ਨੇ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਹਾਈ ਕੋਰਟ ਦੇ ਬਾਹਰ ਖੜ ਕੇ ਉਹਨਾਂ ਨੇ ਦਾਵਾ ਕੀਤਾ ਕਿ ਅਸੀਂ ਜਿਹੜਾ ਜਿਹੜਾ ਬੱਗਾ ਉਸਨੂੰ ਦੁਬਾਰਾ ਜਿਹੜਾ ਗ੍ਰਿਫਤਾਰ ਕਰਾਂਗੇ ਦਿੱਲੀ ਤੋਂ ਦੁਬਾਰਾ ਉਸਨੂੰ ਪੰਜਾਬ ਲੈ ਕੇ ਆਵਾਂਗੇ ਅਗਲੀ ਖਬਰ ਬਿਜਲੀ ਮੰਤਰਾਲੇ ਦੀਆਂ ਹਦਾਇਤਾਂ ਨਾਲ ਪੰਜਾਬ ਨੂੰ ਆਵੇਗਾ ਸਾਹ ਕੇਂਦਰੀ ਬਿਜਲੀ ਮੰਤਰਾਲੇ ਨੇ ਬਿਜਲੀ ਜਿਹੜਾ ਸੰਕਟ ਨਾਲ ਨਜਿੱਠਣ ਲਈ ਵਿਦੇਸ਼ੀ ਕੋਲੇ ਤੇ ਚੱਲਣ ਵਾਲੇ ਤਾਂ ਬਿਜਲੀ ਘਰਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਲਈ ਐਮਰਜੈਂਸੀ ਹਦਾਇਤਾਂ ਦਿੱਤੀਆਂ ਹਨ ਕੇਂਦਰੀ ਊਰਜਾ ਮੰਤਰਾਲੇ ਨੇ ਇਸ ਫੈਸਲੇ ਨਾਲ ਪੰਜਾਬ ਨੂੰ ਰਾਹਤ ਮਿਲੇਗੀ ਤਾਂ ਇਸ ਵਿੱਚ ਪੰਜਾਬ ਨੂੰ ਇਹ ਰਾਹਤ ਮਿਲੇਗੀ ਕਿ ਬੇਸ਼ੱਕ ਵਿਦੇਸ਼ੀ ਕੋਲੇ ਵਾਲੇ ਟਾਟਾ ਮੋਦਰਾ ਪਲਾਂਟ ਨਾਲ ਪਾਵਰਕਾਮ ਦਾ ਕਰੀਬ 3 ਰੁਪਏ ਪ੍ਰਤੀ ਯੂਨਿਟ ਦਾ ਬਿਜਲੀ ਸਮਝੌਤਾ ਹੋਇਆ ਪਰ ਪੰਜਾਬ ਨੂੰ ਇਹ ਬਿਜਲੀ ਸਪਲਾਈ ਮਿਲ ਨਹੀਂ ਰਹੀ ਸੀ ਕਿਉਂਕਿ ਪਲਾਂਟ ਵਾਲੀ ਕੰਪਨੀ ਵੱਧ ਭਾਅ ਮੰਗ ਰਹੀ ਸੀ ਪਾਵਰਕਾਮ ਲਈ ਨੁਕਸਾਨ ਇਹ ਹੋਵੇਗਾ ਕਿ 3 ਰੁਪਏ ਪ੍ਰਤੀ ਯੂਨਟ ਦੀ ਥਾਂ ਟਾਟਾ ਮੁਦਰਾ ਤੋਂ 4 ਜਿਹੜਾ 4.50 ਤੋਂ ਲੈ ਕੇ 5.50 ਰੁਪਏ ਪ੍ਰਤੀ ਯੂਨਟ ਬਿਜਲੀ ਮਿਲੇਗੀ ਪਰ ਇਹ ਲਾਭ ਹੋਵੇਗਾ ਕਿ ਪਾਵਰਕਾਮ ਨੂੰ ਜੋ ਐਕਸਚੇਂਜ ਤੋਂ ਬਿਜਲੀ 12 ਰੁਪਏ ਪ੍ਰਤੀ ਯੂਨਟ ਮਿਲ ਰਹੀ ਆ ਉਹ ਟਾਟਾ ਮੁਦਰਾ ਤੋਂ ਕਾਫੀ ਸਸਤੀ ਮਿਲੇਗੀ ਤਾਂ ਇਹ ਪੰਜਾਬ ਦੇ ਲਈ ਰਾਹਤ ਭਰੀ ਖਬਰ ਹੈ ਕਿ ਪੰਜਾਬ ਨੂੰ ਹੁਣ ਸਸਤੀ ਬਿਜਲੀ ਮਿਲੇਗੀ ਤਾਂ ਪੰਜਾਬ ਨੂੰ ਹੁਣ ਬਿਜਲੀ ਮੰਤਰਾਲੇ ਦੀਆਂ ਹਦਾਇਤਾਂ ਨਾਲ ਪੰਜਾਬ ਨੂੰ ਆਵੇਗਾ ਸੌਖਾ ਸਾਹ ਕਿਉਂਕਿ ਹੁਣ ਜਿਹੜੀ ਬਿਜਲੀ ਆ ਤਾਂ ਉਹ ਪੰਜਾਬ ਨੂੰ ਸਸਤੀ ਮਿਲੇਗੀ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਅਗਲੀ ਖਬਰ ਦੀ ਤਾਂ ਅਗਲੀ ਖਬਰ ਹੈ ਪਟਿਆਲਾ ਜ਼ਿਲ੍ਹੇ ਚ 43 ਏਕੜ ਸਰਕਾਰੀ ਜ਼ਮੀਨ ਕਬਜ਼ਾ ਮੁਕਤ ਕਰਵਾਈ ਪੰਚਾਇਤ ਮੰਤਰੀ ਜੋ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਖੀਸ ਇਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛਡਵਾਉਣ ਦੀ ਅਰੰਭੀ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੇ ਅੰਦਰ 12 ਕਬਜ਼ਾ ਵਾਰੰਟਾਂ ਤੇ ਕਾਰਵਾਈ ਕਰਦਿਆਂ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮਾਲ ਵਿਭਾਗ ਤੇ ਪੁਲਿਸ ਦੇ ਸਹਿਯੋਗ ਨਾਲ 43 ਏਕੜ 5 ਕਨਾਲ ਜ਼ਮੀਨ ਤੋਂ ਜਿਹੜਾ ਨਾਜਾਇਜ਼ ਕਬਜ਼ਾ ਸੀ ਉਹ ਛਡਵਾਇਆ ਗਿਆਗਾ ਤਾਂ ਇਹ ਸਨ ਇਸ ਵੇਲੇ ਦੀਆਂ ਖਬਰਾਂ ਨਵੀਆਂ ਜਾਣਕਾਰੀਆਂ ਦੇ ਲਈ ਖਬਰਾਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ